ਵਿਚਾਲੇ ਮੁੱਠਭੇੜ ਹੋਈ ਹੈ ਤੇ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਇਸ ਦੇ ਵਿਚਾਲੇ ਦੱਸਦੇ ਕਿ ਗੈਂਗਸਟਰ ਪ੍ਰਭਜੋਤ ਸਿੰਘ ਨਿਵਾਸੀ ਦਾਸੂਵਾਲ ਦੱਸਿਆ ਜਾ ਰਿਹਾ ਜਿਸ ਦੇ ਨਾਲ ਪੁਲਿਸ ਦੇ ਵੱਲੋਂ ਐਨਕਾਊਂਟਰ ਜਾਰੀ ਹੈ ਤੇ ਮੇਰੇ ਸਹਿਯੋਗੀ ਸਿਧਾਰਥ ਫੋਨ ਲਾਈਨ ਤੇ ਮੌਜੂਦ ਨੇ ਸਿਧਾਰਥ ਜਾਨਣਾ ਚਾਹਾਂਗੇ ਕਿ ਗੈਂਗਸਟਰ ਪ੍ਰਭਜੋਤ ਕੌਣ ਹੈ ਕੀ ਕੁਝ ਮਾਮਲੇ ਇਸ ਤੇ ਦਰਜ ਨੇ ਤੇ ਕਦੋਂ ਦਾ ਐਨਕਾਊਂਟਰ ਜਾਰੀ ਹੈ ਬਿਲਕੁਲ ਜੇ ਗੱਲ ਕੀਤੀ ਜਾਵੇ ਤਾਂ ਗੈਂਗਸਟਰ ਜਿਹੜਾ ਪ੍ਰਭਜੋਤ ਸਿੰਘ ਜਿਹੜਾ ਨਿਵਾਸੀ ਦਾਸੂਵਾਲ ਦਾ ਰਹਿਣ ਵਾਲਾ ਸੀ ਔਰ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀਆਂ ਟੀਮਾਂ ਜਿਹੜੀਆਂ ਸੀ ਇਸਦਾ ਪਿੱਛਾ ਕਰ ਰਹੀਆਂ ਸੀ ਔਰ ਜਦ ਤਰਨ ਤਰਨ ਦੇ ਪਿੰਡ ਘਰਿਆਲੇ ਦੇ ਕੋਲ ਪਹੁੰਚੇ ਤਾਂ ਘਰਿਆਲੇ ਦੇ ਕੋਲ ਇਹਨਾਂ ਦੀ ਜਿਹੜੀ ਆ ਗੱਡੀ ਜਿਹੜੀ ਆ ਖੇਤਾਂ ਵਿੱਚ ਡਿੱਗ ਜਾਂਦੀ ਹੈ ਪ੍ਰਭਜੋਤ ਦੀ ਔਰ ਇਸਦੇ ਨਾਲ ਇੱਕ ਹੋਰ ਸਾਥੀ ਮੌਜੂਦ ਸੀ ਫਿਲਹਾਲ ਜੋ ਹੈ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਉਸਨੂੰ ਫੜਨ ਦੇ ਲਈ ਜਿਹੜੀ ਗੋਲੀਆਂ ਵੀ ਜਿਹੜੀਆਂ ਆਮੋ ਸਾਹਮਣੇ ਕ੍ਰੋਸ ਫਾਇਰਿੰਗ ਵੀ ਹੋਈ ਲੇਕਿਨ ਉਹ ਫਿਲਹਾਲ ਫਰਾਰ ਦੱਸਿਆ ਜਾ ਰਿਹਾ ਜਿਸ ਨੂੰ ਫੜਨ ਦੇ ਲਈ ਛਾਪੇਮਾਰੀ ਜਿਹੜੀ ਆ ਲਗਾਤਾਰ ਜਾਰੀ ਹੈ ਔਰ ਏਡੀਐਫ ਦੀਆਂ ਕਾਊਂਟਰ ਇੰਟੈਲੀਜੈਂਸ ਦੀਆਂ ਟੀਮ ਜਿਹੜੀਆਂ ਨੇ ਅੰਮ੍ਰਿਤਸਰ ਤੋਂ ਜਿਹੜੀਆਂ ਨੇ ਪਹੁੰਚੀਆਂ ਨੇ ਫਿਲਹਾਲ ਹੁਣ ਲੋਕਲ ਪੁਲਿਸ ਔਰ ਤਰਨ ਤਰਨ ਸੀ ਐਸ ਸਟਾਫ ਦੀਆਂ ਟੀਮਾਂ ਵੀ ਜਿਹੜੀਆਂ ਨੇ ਇਹਨਾਂ ਦੀ ਜਿਹੜੀ ਆ ਭਾਲ ਕਰ ਰਹੀ ਹੈ ਔਰ ਗੱਡੀ ਜਿਹੜੀ ਸਵਿਫਟ ਗੱਡੀ ਆ ਜਿਸ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਸਿਧਾਰਥ ਜਾਨਣਾ ਚਾਹਾਂਗੇ ਸਪਸ਼ਟਤਾ ਚਾਹਾਂਗੇ ਜੋ ਗੈਂਗਸਟਰ ਪ੍ਰਭਜੋਤ ਸਿੰਘ ਉਸਦਾ ਸਾਥੀ ਦੋ ਜਣੇ ਉੱਥੇ ਮੌਜੂਦ ਸੀ ਕਿ ਇੱਕ ਫਰਾਰ ਹੋ ਗਿਆ ਇੱਕ ਨੂੰ ਪੁਲਿਸ ਨੇ ਫੜ ਲਿਆ ਫਿਲਹਾਲ ਦੋਵੇਂ ਫਰਾਰ ਦੱਸੇ ਜਾ ਰਹੇ ਨੇ ਪ੍ਰਭਜੋਤ ਸਿੰਘ ਇੱਕ ਤਸਕਰ ਵੀ ਦੱਸਿਆ ਜਾ ਰਿਹਾ ਔਰ ਗੈਂਗਸਟਰ ਵੀ ਜਿਹੜਾ ਹੈਗਾ ਆ ਪ੍ਰਭਜੋਤ ਸਿੰਘ ਉਸਦਾ ਨਾਲ ਉਸਦਾ ਸਾਥੀ ਸੀ ਔਰ ਦੋਨੋਂ ਹੀ ਜਿਹੜੇ ਨੇ ਫਰਾਰ ਦੱਸੇ ਜਾ ਰਹੇ ਨੇ ਫਿਲਹਾਲ ਦੋਨਾਂ ਨੂੰ ਫੜਨ ਦੇ ਲਈ ਜਿਹੜੀਆਂ ਨੇ ਟੀਮ ਜਿਹੜੀਆਂ ਨੇ ਲੱਗੀਆਂ ਹੋਈਆਂ ਨੇ ਔਰ ਉਸਦੀ ਗੱਡੀ ਨੂੰ ਜਿਹੜਾ ਹੈ ਆਪਣੇ ਕੱਟੇ ਦੇ ਵਿੱਚ ਜਿਹੜਾ ਹੈ ਇਹਨਾਂ ਕੋਲ ਲੈ ਲਿਆ ਗਿਆ ਔਰ ਦੱਸਿਆ ਜਾ ਰਿਹਾ ਕਿ ਅੰਮ੍ਰਿਤਸਰ ਦੀ ਸਾਈਡ ਤੋਂ ਜਿਹੜਾ ਇਹਨਾਂ ਦਾ ਪਿੱਛਾ ਜਿਹੜਾ ਸੀ ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ ਵੱਲੋਂ ਕੀਤਾ ਜਾ ਰਿਹਾ ਸੀ ਇਹਨਾਂ ਦਾ ਮੁਕਾਬਲਾ ਪਹਿਲਾਂ ਸੀ ਕ੍ਰੋਸ ਫਾਇਰਿੰਗ ਵੀ ਹੋਈ ਰੋਡ ਦੇ ਉੱਪਰ ਲੇਕਿਨ ਇਸ ਨੇ ਗੱਡੀ ਜਿਹੜੀ ਭਜਾਈ ਔਰ ਪਿੰਡ ਘਰਿਆਲੇ ਕੋਲ ਜਦ ਪਹੁੰਚਿਆ ਗੱਡੀ ਇਸਦੀ ਜਿਹੜੀ ਹੈ ਖੇਤਰ ਦੇ ਵਿੱਚ ਡਿੱਗ ਪਈ ਜੀ ਸਿਧਾਰਥ ਆ ਜੋ ਗੱਡੀ ਮੌਜੂਦ ਹੈ ਬਰਾਮਦ ਕੀਤੀ ਗਈ ਹੈ ਕਿ ਇਸਦੇ ਕੋਲ ਅੰਦਰ ਕੁਝ ਬਰਾਮਦਗੀ ਵੀ ਹੋਈ ਹੈ ਕੋਈ ਵੈਪਨ ਜਾਂ ਕੁਝ ਹੋਰ ਫਿਲਹਾਲ ਜਿਹੜਾ ਗੱਡੀ ਦੇ ਕੋਲ ਗੱਡੀ ਦੇ ਵਿੱਚ ਜਿਹੜੀ ਤਲਾਸ਼ੀ ਲਈ ਜਾ ਰਹੀ ਹੈ ਹਾਲਾਂ ਫਿਲਹਾਲ ਬਰਾਮਦਗੀ ਦੀ ਜਿਹੜੀ ਹੈ ਗੱਲ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਲੇਕਿਨ ਲਗਾਤਾਰ ਟੀਮ ਜਿਹੜੀਆਂ ਨੇ ਉੱਥੇ ਸਰਚ ਕਰ ਰਹੀਆਂ ਨੇ ਜੀ ਕੀ ਕੁਝ ਮਾਮਲੇ ਦਰਜ ਨੇ ਗੈਂਗਸਟਰ ਪ੍ਰਭਜੋਤ ਤੇ ਫਿਲਹਾਲ ਗੈਂਗਸਟਰ ਹੈ ਔਰ ਨਸ਼ਾ ਤਸਕਰ ਦੱਸਿਆ ਜਾ ਰਿਹਾ ਹੈ ਜਿਸ ਦੇ ਉੱਪਰ ਕਈ ਮੁਕੱਦਮੇ ਜਿਹੜੇ ਨੇ ਅਲੱਗ ਅਲੱਗ ਜਗ੍ਹਾਵਾਂ ਤੇ ਜਿਹੜੇ ਦਰਜ ਨੇ ਔਰ ਕਾਊਂਟਰ ਇੰਟੈਲੀਜੈਂਸ ਦੀਆਂ ਟੀਮ ਜਿਹੜੀਆਂ ਨੇ ਇਸਦਾ ਕਈ ਜ਼ਿਲ੍ਹਾ ਤੋਂ ਜਿਹੜਾ ਪਿੱਛਾ ਕਰ ਰਹੀਆਂ ਸੀ ਔਰ ਦਾਸੂਵਾਲ ਦਾ ਇਹ ਰਹਿਣ ਵਾਲਾ ਤਰਨ ਤਰਨ ਦਾ ਪਿੰਡ ਦਾਸੂਵਾਲ ਹੈ ਜਿੱਥੋਂ ਦਾ ਇਹ ਰਹਿਣ ਵਾਲਾ ਸੀ ਫਿਲਹਾਲ ਇਹ ਜਾਣਕਾਰੀ ਜਿਹੜੀ ਹੈ ਨਿਕਲ ਕੇ ਸਾਹਮਣੇ ਆਈ ਹੈ ਜੀ ਸਿਧਾਰਥ ਆ ਵੀ ਜਾਨਣਾ ਚਾਹਾਂਗੇ ਕਿ ਕੋਈ ਵੱਡੇ ਗੈਂਗ ਨਾਲ ਵੀ ਸੰਬੰਧਿਤ ਹੈ ਗੈਂਗਸਟਰ ਪ੍ਰਭਜੋਤ ਫਿਲਹਾਲ ਕੋਈ ਇਸ ਤਰੀਕੇ ਦਾ ਨਿਕਲ ਕੇ ਸਾਹਮਣੇ ਨਹੀਂ ਆਇਆ ਕਿ ਕਿਸ ਦੇ ਨਾਲ ਇਹਦੇ ਲਿੰਕ ਅਪ ਨੇ ਲੇਕਿਨ ਕਿਤੇ ਨਾ ਕਿਤੇ ਜਿਹੜੀ ਆ ਜਾਂਚ ਜਿਹੜੀ ਆ ਲਗਾਤਾਰ ਚੱਲ ਰਹੀ ਹੈ ਜੀ ਜੀ ਮੈਂ ਮੁੜ ਤੋਂ ਤੁਹਾਡਾ ਰੁਕ ਕਰਾਂਗੇ ਸਿਧਾਰਥ ਤੇ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਜੋ ਦਰਸ਼ਕ ਸਾਡੇ ਨਾਲ ਹੁਣੇ ਹੁਣੇ ਜੁੜੇ ਨੇ ਵੱਡੀ ਖਬਰ ਦਾ ਜ਼ਿਕਰ ਹੈ ਤਰਨ ਤਾਰਨ ਦੀਆਂ ਤਸਵੀਰਾਂ ਨਿਊਜ਼ 18 ਤੇ ਸਭ ਤੋਂ ਪਹਿਲਾਂ ਤੁਹਾਨੂੰ ਵਿਖਾ ਰਹੇ ਹਾਂ ਤਰਨ ਤਾਰਨ 'ਚ ਆਹੀ ਉਹ ਜਗ੍ਹਾ ਹੈ ਜਿੱਥੇ ਕਿ ਐਨਕਾਊਂਟਰ ਹੋਇਆ ਦੱਸ ਕੇ ਤਰਨ ਤਾਰਨ ਦੇ ਹਰਿਆਣਾ ਪਿੰਡ 'ਚ ਮੁੱਠਭੇੜ ਹੋਈ ਹੈ ਐਨਕਾਊਂਟਰ ਹੋਇਆ ਹੈ ਹਾਲਾਂਕਿ ਜੋ ਗੈਂਗਸਟਰਾਂ ਦੀ ਗੱਡੀ ਪੁਲਿਸ ਦੇ ਵੱਲੋਂ ਬਰਾਮਦ ਕਰ ਲਈ ਗਈ ਹੈ ਹਰਿਆਣਾ ਪਿੰਡ ਹੈ ਆਲੇ ਦੁਆਲੇ ਖੇਤ ਨਜ਼ਰ ਆ ਰਹੇ ਵੱਡੀ ਤਾਦਾਦ 'ਚ ਜੋ ਪੁਲਿਸ ਹੈ ਲੋਕਲ ਪੁਲਿਸ ਉੱਥੇ ਨਜ਼ਰ ਆ ਰਹੀ ਹੈ ਇਸ ਦੇ ਵਿਚਾਲੇ ਗੈਂਗਸਟਰ ਪ੍ਰਭਜੋਤ ਤੇ ਕਾਊਂਟਰ ਇੰਟੈਲੀਜੈਂਸ ਵਿਚਾਲੇ ਮੁੱਠਭੇੜ ਹੋਈ ਹੈ ਖਬਰਾਂ ਸਾਹਮਣੇ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜੋ ਗੈਂਗਸਟਰ ਪ੍ਰਭਜੋਤ ਸੀਗਾ ਤੇ ਉਸਦਾ ਸਾਥੀ ਮੌਕੇ ਤੋਂ ਫਰਾਰ ਹੋ ਗਏ ਇਸ ਦੇ ਵਿਚਾਲੇ ਪੁਲਿਸ ਦੇ ਵੱਲੋਂ ਤਮਾਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਇਹਨਾਂ ਗੈਂਗਸਟਰਾਂ ਤੇ ਨਕੇਲ ਕਸੀ ਜਾ ਸਕੇ ਜਿਸ ਤੱਕ ਮੇਰੇ ਸਹਿਯੋਗੀ ਜ਼ਿਕਰ ਕਰ ਰਹੇ ਸੀਗੇ ਕਿ ਵੱਡਾ ਤਸਕਰ ਦੱਸਿਆ ਜਾ ਰਿਹਾ ਤਰਨ ਤਾਰਨ ਸਰਹੱਦੀ ਇਲਾਕਾ ਹੈ ਇਸ ਦੇ ਨਾਲ ਹੀ ਵੱਡਾ ਗੈਂਗਸਟਰ ਵੀ ਹੈ ਤੇ ਕਾਰ ਛੱਡ ਕੇ ਮੌਕੇ ਤੋਂ ਜੋ ਪ੍ਰਭਜੋਤ ਹੈ ਉਸਦਾ ਸਾਥੀ ਹੈ ਮੌਕੇ ਤੋਂ ਫਰਾਰ ਹੋ ਗਿਆ ਆ ਗੱਡੀ ਤੁਹਾਨੂੰ ਵਿਖਾ ਰਹੇ ਹਾਂ ਇਸੀ ਗੱਡੀ 'ਚ ਜੋ ਦੋਵੇਂ ਹੀ ਗੈਂਗਸਟਰ ਫਰਾਰ ਸੀਗੇ ਜਦੋਂ ਉਹਨਾਂ ਨੂੰ ਇਤਲਾਹ ਮਿਲਦੀ ਹੈ ਪੁਲਿਸ ਦੇ ਵੱਲੋਂ ਪੁਲਿਸ ਪਿੱਛਾ ਕਰਦੀ ਹੈ ਮੁੱਠਭੇੜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਐਨਕਾਊਂਟਰ ਹੁੰਦਾ ਹੈ ਤੇ ਆ ਜੋ ਦੋਨੋਂ ਹੀ ਗੈਂਗਸਟਰ ਹੁੰਦੇ ਨੇ ਮੌਕੇ ਤੋਂ ਫਰਾਰ ਹੋ ਜਾਂਦੇ ਤਰਨ ਤਾਰਨ ਦਾ ਘਰਿਆਣਾ ਪਿੰਡ ਹੈ ਜਿੱਥੇ ਕਿ ਪੂਰੀ ਐਨਕਾਊਂਟਰ ਹੋਇਆ ਹਾਲਾਂਕਿ ਪੁਲਿਸ ਦੀਆਂ ਟੀਮਾਂ ਮੌਕੇ ਤੇ ਮੌਜੂਦ ਨੇ ਖੇਤ ਨਜ਼ਰ ਆ ਰਹੇ ਨੇ
सर्दी का समा है, इस विचाले सरहदी इलाका है, संघनी धुंध विखाई दे रही है, छाई हुई है, इसी संघनी धुंध का जो फायदा चुके मौके तो फरार हो गया। हालांकि पुलिस दी टीम मौके से मौजूद ने। मैं अपने सहयोगी सिद्धार्थ का मुड़ तो रुक करांगी। सिद्धार्थ, की किया जा सकता है कि सरहदी इलाका है, संघनी धुंध होने करके इस संघनी धुंध का फायदा गैंगस्टर वालों चुकया गया? सिद्धार्थ, मैं सुन पा रहे हो? जी जी जी। सिद्धार्थ, की क्या जा सकता है कि सरहदी इलाका है, खेत नजर आ रहे ने, संघनी धुंध है, कि इसी का फायदा चुक के जो गैंगस्टर मौके तो फरार हो गए? बिल्कुल जी, कह सकते हैं जी, क्योंकि लगातार जदों क्योंकि डेली वेदर की भी गल कर लिए, तो कल देर रात जी धुंध जी काफी पै चुकी थी और कितना कितने धुंध का फायदा आप कह सकते हैं जरूर इन्होंने चुकया होगा। उसका रीजन है कि अमृतसर तो दसा जा रहा है कि इतने आ रहे थे और कॉन्ट इंटेलीजेंस की टीम जी दो गड्डिया सवार थी और इन्हों का जो पिछा कर रही थी लगातार और जरा प्रभजोत की गड्डी जी स्विफ्ट गड्डी जी नजर आ रही है खेतों से डिगी हुई है, गड्डी अगे चल रही थी जिसनों फड़न के लिए टीम लगिया थी और इस जी फायरिंग होंगी उन्होंने उपर उधरों दूसरी साइड तो भी कौन इंटेलीजेंस टीम वालों भी जी फायरिंग की जाती है। फिलहाल जी लगातार जी पुलिस जी है और जो कौन इंटेलीजेंस टीम ने वो सर्च कर रही ने, गड्डी की भी सर्च कर रही ने कि कितने ना कितने कोई ना कोई हथियार जो कोई वैपन या इन्होंने कोल नहीं है, इस दे भी जी है जी जांच की जा रही है। लेकिन दसा दें गैंगस्टर प्रभजोत सिंह और उसका साथी जोड़ा है गड्डी छड़ के गोलियां चलाते हुए उतों फरार हो गए हैं, धुंध का कितना कितना जरूर जरा फायदा इतने चुकते हुए दिखाई देते हैं जी। सिद्धार्थ, आप जानते हो कितनी राउंड फायरिंग हुई है दोनों पास? फिलहाल जानकारी निकल के आ रही क्रॉस फायरिंग हुई है, लेकिन कोई भी अधिकारी ने जो इस मामले में जो स्पष्टीकरण जो फिलहाल जो नहीं दिता है जी। जी, बहुत बहुत शुक्रिया सिद्धार्थ, सू तमाम जानकारी देने लिए। वड्डी तादाद पुलिस उत्थे मौके पर मौजूद है, हालांकि स्विफ्ट गड्डी नजर आ रही है, इस विचाले डिगिया हुई ने, इस विचाले दस दिए कि